ਬੀਤੇ ਦਿਨੀ ਪਿੰਡ ਟੋਹੜਾ ਦੇ ਸਰਕਾਰੀ ਸਕੂਲ ਦੀ 11ਵੀਂ ਕਲਾਸ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਸਕੂਲ ਦੇ ਅਧਿਆਪਕਾਂ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਦੇ ਸੰਬੰਧ ਵਿੱਚ ਸਿੰਘ ਸਾਹਿਬਾਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਏ ਆਦੇਸ਼ਾਂ ਅਨੁਸਾਰ ਉਕਤ ਮਾਮਲੇ ਦੀ ਮੁਕੰਮਲ ਪੜਤਾਲ ਕਰਨ ਲਈ 5 ਮੈਂਬਰੀ ਕਮੇਟੀ ਪੀੜਿਤ ਲੜਕੀ ਵੀਰਪਾਲ ਕੌਰ ਦੇ ਘਰ ਸਾਹਿਵਾਲ ਵਿਖੇ ਪਹੁੰਚੀ ਅਤੇ ਪੀੜਿਤ ਲੜਕੀ ਅਤੇ ਮਾਪਿਆਂ ਦੇ ਬਿਆਨ ਕਲਮ ਕੀਤੇ। ਇਸ ਮੌਕੇ ਤੇ ਮਿਲਕ ਫੈਡ ਦੇ ਸਾਬਕਾ ਜਨਰਲ ਮੈਨੇਜਰ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਅਕਾਲ ਤਖਤ ਦੇ ਹੁਕਮਾਂ ਮੁਤਾਬਿਕ ਵੀਰਪਾਲ ਕੌਰ ਦੇ ਬਿਆਨ ਲੈਣ ਲਈ ਇੱਥੇ ਆਏ ਹਾਂ ਅਤੇ ਅਸੀਂ ਛੇਤੀ ਹੀ ਸਾਰਿਆਂ ਦੇ ਬਿਆਨ ਲੈ ਕੇ ਅਕਾਲ ਤਖਤ ਨੂੰ ਇਸ ਦੀ ਰਿਪੋਰਟ ਭੇਜਾਂਗੇ। ਜੋ ਬੱਚੀ ਵੀਰਪਾਲ ਕੌਰ ਹੈ ਉਹਦੇ ਸੰਬੰਧ ਦੇ ਵਿੱਚ ਜੋ ਵੀ ਘਟਨਾਵਾਂ ਹੋਈਆਂ ਨੇ ਉਹਦੀ ਜਾਂਚ ਕਰਨ ਵਾਸਤੇ ਅਕਾਲ ਤਖਤ ਸਾਹਿਬ ਨੇ ਇਹਦਾ ਬੜਾ ਗੰਭੀਰ ਨੋਟਿਸ ਲਿਆ। ਉਹਦੀ ਜਾਂਚ ਕਰਨ ਵਾਸਤੇ ਕਮੇਟੀ ਬਣਾਈ ਗਈ ਹੈ। ਉਹ ਪੂਰੀ ਕਮੇਟੀ ਅੱਜ ਲੜਕੀ ਜੋ ਬੱਚੀ ਹੈ ਵੀਰਪਾਲ ਕੌਰ ਉਹਦੇ ਘਰ ਵਿਖੇ ਆ ਕੇ 1 ਵਜੇ ਦੇ ਅਸੀਂ ਆਏ ਹਾਂ। ਬੱਚੀ ਕੁਦਰਤੀ ਕਿਸੇ ਫੰਕਸ਼ਨ 'ਚ ਵੀ ਲੇਟ ਹੋ ਗਈ। ਅਸੀਂ ਪੂਰੀ ਉਹਨਾਂ ਦੇ ਘਰ ਵਿੱਚ ਬੈਠ ਕੇ ਬੱਚੀ ਦੇ ਬਿਆਨ ਘਟਨਾਵਾਂ ਪ੍ਰਤੀ ਦਰਜ ਕੀਤੇ ਨੇ ਅਤੇ ਕਮੇਟੀ ਹੁਣ ਇਹਦੇ ਨਾਲ ਸੰਬੰਧਿਤ ਪੂਰੀ ਛਾਣਬੀਣ ਕਰਕੇ ਆਪਣੀ ਰਿਪੋਰਟ ਜਥੇਦਾਰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੇਵੇਗੀ। ਅੱਗੇ ਉਹ ਫਿਰ ਇਹਦੇ 'ਤੇ ਐਕਸ਼ਨ ਕਰਨਗੇ। ਨਾਭਾ ਤੋਂ ਬ੍ਰਿਜ ਖਰੋਣਾ ਦੀ ਰਿਪੋਰਟ, ਚੈਨਲ 2।